ਡੇਲੀ ਪੋਸਟ ਪੰਜਾਬੀ ਵੇਖ ਰਹੇ ਦਰਸ਼ਕਾਂ ਦਾ ਸਵਾਗਤ, ਮੈਂ ਹਰਮੀਤ ਮਾਨ ਨਾਭਾ। ਨਾਭਾ ਵਿੱਚ ਹੋ ਰਹੀ ਬਾਰਿਸ਼ ਨੂੰ ਲੈ ਕੇ ਤੁਹਾਨੂੰ ਦਿਖਾਉਂਦੇ ਹਾਂ ਲਾਈਵ ਤਸਵੀਰਾਂ ਨੇ ਡੇਲੀ ਪੋਸਟ ਪੰਜਾਬੀ ਅਤੇ ਸਰਕਾਰੀ ਰੈਸਟ ਹਾਊਸ ਨਾਭਾ ਦੀਆਂ, ਜੋ ਕਿ ਦੂਸਰੀ ਵਾਰ ਫਿਰ ਡੁੱਬ ਗਿਆ। ਸਭ ਤੋਂ ਵੱਡੀ ਨਲਾਇਕੀ ਆਈ ਆ ਸਾਹਮਣੇ PWD ਮਹਿਕਮੇ ਦੀ, ਜੋ ਕਿ ਇੱਕ 20 ਫੁੱਟ ਦੀ ਕੰਧ ਵੀ ਤਿਆਰ ਨਾ ਕਰਵਾ ਸਕਿਆ, ਜੋ ਕਿ ਪਿਛਲੇ 20 ਦਿਨ ਪਹਿਲਾਂ ਜਿਹੜੀ ਬਾਰਿਸ਼ ਹੋਈ ਸੀ, ਕੰਧ ਟੁੱਟਣ ਨਾਲ ਸ਼ਹਿਰ ਦਾ ਸਾਰਾ ਗੰਦਾ ਪਾਣੀ ਇਸ ਰੈਸਟ ਹਾਊਸ ਦੇ ਵਿੱਚ ਜਮ੍ਹਾਂ ਹੋ ਗਿਆ ਸੀ, ਜਿੱਥੋਂ ਕਿ ਪ੍ਰਸ਼ਾਸਨ ਨੇ ਇਸ ਟੁੱਟੀ ਹੋਈ ਕੰਧ ਤੋਂ ਕੋਈ ਸਬਕ ਨਹੀਂ ਲਿਆ। ਇਸ ਰੈਸਟ ਹਾਊਸ ਦੇ ਵਿੱਚ ਇੱਕ ਸਰਕਾਰੀ ਮੁਲਾਜ਼ਮ ਆਪਣੇ ਪਰਿਵਾਰ ਸਮੇਤ ਰਹਿ ਰਿਹਾ, ਜਿਸ ਦਾ ਦੂਸਰੀ ਵਾਰ ਫਿਰ ਸਮਾਨ ਸਾਰਾ ਖਰਾਬ ਹੋ ਚੁੱਕਿਆ। ਸਰਕਾਰਾਂ ਲੋਕਾਂ ਵੱਲ ਕੀ ਧਿਆਨ ਦੇਣਗੀਆਂ? ਸਰਕਾਰਾਂ ਆਪਦੇ ਹੀ ਵਿਭਾਗ ਦੇ ਵਿੱਚ ਹੋਏ ਨੁਕਸਾਨ ਨੂੰ ਸਹੀ ਨਹੀਂ ਕਰ ਸਕੀਆਂ। ਹੁਣ ਤੁਹਾਨੂੰ ਦਿਖਾਵਾਂਗੇ ਸ਼ਹਿਰ ਨਾਭਾ ਦੀਆਂ ਨੇ ਕੁਝ ਤਸਵੀਰਾਂ, ਜਿੱਥੋਂ ਕਿ ਸ਼ਹਿਰ ਨਾਭਾ ਜਿਹੜਾ ਜਲ ਥਲ ਹੋ ਚੁੱਕਿਆ। ਇਸ ਰੈਸਟ ਹਾਊਸ ਦੇ ਵਿੱਚ ਜਿਹੜਾ ਪਰਿਵਾਰ ਰਹਿੰਦਾ, ਉਹਨਾਂ ਨਾਲ ਵੀ ਅਸੀਂ ਗੱਲ ਕਰਾਂਗੇ। ਇਹ ਲੜਕੀ ਦੇ ਫਾਦਰ ਸਾਹਿਬ ਅਤੇ ਬ੍ਰਦਰ ਵੀ ਇੱਥੇ ਰੈਸਟ ਹਾਊਸ ਨਾਭਾ ਦੇ ਵਿੱਚ ਨੇ। ਕੀ ਹੋਇਆ ਬੇਟਾ? ਸਰ ਦੇਖੋ, ਇਹਨਾਂ ਦਾ ਇੰਨਾ ਟਾਈਮ ਹੋ ਗਿਆ ਨਾ, ਤੋਂ ਇੱਕ ਕੰਧ ਨਹੀਂ ਬਣੀ ਹੈਗੀ, ਸਾਰਾ ਪਾਣੀ ਫੇਰ ਆ ਗਿਆ। ਮੇਰੇ ਪਾਪਾ ਨੂੰ ਤਾਂ ਹਾਰਟ ਅਟੈਕ ਹੋਣ ਵਾਲਾ, ਅਸੀਂ ਹੋਸਪਿਟਲ ਲੈ ਕੇ ਗਏ ਹਾਂ, ਕਿਉਂਕਿ ਉਹਨਾਂ ਤੋਂ ਬਰਦਾਸ਼ਤ ਨਹੀਂ ਹੋਇਆ ਵੀ ਸਿਹਤ ਸਾਰਾ ਸਮਾਨ ਖਾਵਾਂ, ਅਸੀਂ ਕਿਵੇਂ ਕਰਾਂਗੇ ਦੁਬਾਰਾ? ਅਸੀਂ ਹੁਣ ਹੀ ਕੀਤਾ ਅਤੇ ਫਿਰ ਦੁਬਾਰਾ ਕਰਾਂਗੇ, ਇੱਕ ਦੀਵਾਰ ਨਹੀਂ ਬਣੀ ਇਹਨਾਂ ਤੋਂ 20 ਦਿਨਾਂ 'ਚ। ਸਰ ਜੇ ਆਪਣੀ ਸਾਡੀ ਹੈਲਪ ਕਰ ਦਿੰਦੇ ਪਹਿਲਾਂ ਤਾਂ ਹੁਣ ਸਾਨੂੰ ਆਹ ਝੇਲਣਾ ਪੈਂਦਾ। ਕਿੰਨੀ ਕੁ ਕੰਧ ਆ ਜਿਹੜਾ ਸ਼ਹਿਰ ਦਾ ਪਾਣੀ ਅੰਦਰ ਆ ਕੇ ਧੁੱਸਿਆ? ਕੀ ਮਹਿਕਮੇ ਦੇ ਅਧਿਕਾਰੀ ਆਏ ਨਹੀਂ ਉਸ ਦੋ ਦਿਨ ਤੋਂ 20 ਦਿਨ ਤੋਂ? ਸਰ ਉਹ ਆਏ ਸੀਗੇ, ਉਹਨਾਂ ਨੇ ਕਿਹਾ ਵੀ ਸੀ ਅਸੀਂ ਬਣਾ ਦਾਂਗੇ, ਬਟ ਹਜੇ ਤੱਕ ਉਹਨਾਂ ਤੋਂ ਬਣੀ ਨਹੀਂ ਕੰਧ। ਉਹ ਆਏ ਸੀ ਉਸ ਟਾਈਮ 'ਤੇ, ਉਹਨਾਂ ਨੇ ਕਿਹਾ ਸੀ ਵੀ ਸਾਡੇ ਕੋਲ ਫੰਡ ਇਸ ਟਾਈਮ ਹੈ ਨਹੀਂਗੇ, ਬਟ ਸਰ ਉਹ ਪਹਿਲਾਂ ਬਣਵਾ ਸਕਦੇ ਸੀ ਇਹ ਕੰਧ 20 ਦਿਨਾਂ 'ਚ। ਜੀ ਜਿਸ ਤਰ੍ਹਾਂ ਪ੍ਰਸ਼ਾਸਨ ਨੇ ਆ ਕੇ ਦੇਖਿਆ, ਕਿੰਨਾ ਕੁ ਨੁਕਸਾਨ ਤੁਹਾਡਾ ਪਹਿਲਾਂ ਹੋਇਆ, ਹੁਣ ਕਿੰਨਾ ਕੁ ਨੁਕਸਾਨ ਹੋ ਗਿਆ? ਸਰ ਪਹਿਲਾਂ ਵੀ ਸਾਰਾ ਨੁਕਸਾਨ ਹੋ ਗਿਆ, ਸਾਰਾ ਚੀਜ਼ਾਂ ਖਰਾਬ ਹੋ ਗਈਆਂ। ਹੁਣ ਅਸੀਂ ਨਵਾਂ ਬੈੱਡ 'ਤੇ ਜਿਹੜੀ ਅਲਮੀਰਾ ਲਈ ਸੀ, ਉਹ ਵੀ ਤਾਂ ਫਿਰ ਸਾਰੀ ਖਰਾਬ ਹੋ ਗਈ। ਮੇਰੀ ਸਾਰੀਆਂ ਬੁੱਕਸ, ਵੈਸੇ ਤਾਂ ਕੁਝ ਬਚਿਆ ਹੀ ਨਹੀਂ ਸੀ ਪਹਿਲਾਂ ਵਾਲੇ, ਜਿਹੜੀ 2-4 ਮੈਂ ਨਵੀਆਂ ਲਈਆਂ ਸੀ ਉਹ ਵੀ ਸਾਰੀਆਂ ਖਰਾਬ ਹੋ ਗਈਆਂ। ਹੁਣ ਕੌਣ ਇਹਦੀ ਰਿਸਪੋਂਸਿਬਿਲਟੀ ਲਊਗਾ? ਕੀ ਜ਼ਿੰਮੇਵਾਰੀ ਬਣਦੀ ਸੀ PWD ਵਿਭਾਗ ਦੀ? ਬਿਲਕੁਲ ਸਰ, ਉਹਨਾਂ ਨੂੰ ਜਲਦੀ ਤੋਂ ਜਲਦੀ ਇਹ ਦੀਵਾਰ ਤਿਆਰ ਕਰਾਉਣੀ ਚਾਹੀਦੀ ਸੀ, ਜਦੋਂ ਉਹਨਾਂ ਨੂੰ ਪਤਾ ਹੈ ਵੀ ਇਹ ਮੌਸਮ ਖਰਾਬ ਹੈ, ਵੀ ਇਹ ਮੌਸਮ 'ਚ ਕਦੇ ਵੀ ਬਾਰਿਸ਼ ਹੋ ਸਕਦੀ ਹੈ ਇਹੋ ਜਿਹੇ ਮੌਸਮ 'ਚ। ਤੁਸੀਂ ਸੁਣਿਆ ਕਿ ਇਸ ਲੜਕੀ ਨੇ ਦੱਸਿਆ ਕਿ ਪ੍ਰਸ਼ਾਸਨ ਦੀ ਵੱਡੀ ਨਲਾਇਕੀ ਹੈ ਜਿਹੜੀ ਸਾਹਮਣੇ ਆਈ ਆ, ਜਿੱਥੋਂ ਕਿ PWD ਵਿਭਾਗ ਵੱਲੋਂ ਇਸ ਦੀ ਸਾਰ ਨਹੀਂ ਲਈ ਗਈ, ਜਿੱਥੋਂ ਕਿ ਇਹਨਾਂ ਦਾ ਮੁੜ ਸਮਾਨ ਆ ਜਿਹੜਾ ਸਾਰਾ ਬਰਬਾਦ ਹੋ ਚੁੱਕਿਆ। ਇਸ ਦੇ ਪਾਪਾ ਨੂੰ ਵੀ ਇਸ ਦੀ ਪ੍ਰੋਬਲਮ ਦੇ ਨਾਲ ਹਾਰਟ ਅਟੈਕ ਦੀ ਪ੍ਰੋਬਲਮ ਆਈ ਹੈ, ਜਿਸ ਨੂੰ ਸਰਕਾਰੀ ਹਸਪਤਾਲ ਨਾਭਾ ਦੇ ਵਿੱਚ ਲਿਜਾਇਆ ਗਿਆ। ਹੁਣ ਤੁਹਾਨੂੰ ਦਿਖਾਉਂਦੇ ਹਾਂ ਸ਼ਹਿਰ ਦੀਆਂ ਤਸਵੀਰਾਂ, ਜਿੱਥੋਂ ਕਿ ਜਲ ਥਲ ਆ ਜਿਹੜਾ ਸ਼ਹਿਰ ਨਾਭਾ ਪੂਰਾ ਹੋ ਚੁੱਕਿਆ। ਤੁਸੀਂ ਦੇਖ ਸਕਦੇ ਹੋ PWD ਇਹ ਉਹ ਰੋਡ ਆ ਜਿਹੜੀ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਇਨਕਮ ਟੈਕਸ ਵਿਭਾਗ ਦੇ ਦਫ਼ਤਰਾਂ ਨੂੰ ਜਾਂਦੀ ਹੈ, ਜਿੱਥੋਂ ਕਿ ਲੰਘਣਾ ਵੀ ਲੋਕਾਂ ਲਈ ਮੁਸ਼ਕਲ ਦਾ। ਦੇਖ ਸਕਦੇ ਹੋ ਤੁਸੀਂ ਲਾਈਵ ਤਸਵੀਰਾਂ ਡੇਲੀ ਪੋਸਟ ਪੰਜਾਬੀ 'ਤੇ। ਲੋਕ ਆਪਣੇ ਘਰਾਂ ਤੋਂ ਬਾਹਰ, ਵਪਾਰ ਦੁਕਾਨਾਂ ਜਿਹੜੀਆਂ ਬੰਦ ਨਜ਼ਰ ਆ ਰਹੀਆਂ ਨੇ, ਅਤੇ ਅਸੀਂ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ, ਪਰ ਨਗਰ ਕੌਂਸਲ ਕਮੇਟੀ ਵੱਲੋਂ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ ਇਸ ਦੀ ਸੀਵਰੇਜ ਪਾਉਣ ਨੂੰ ਲੈ ਕੇ, ਜਿਹੜਾ ਗੰਦਾ ਪਾਣੀ ਹੈ ਜਮ੍ਹਾਂ ਹੋ ਚੁੱਕਿਆ। ਕੀ ਕਹਿਣਾ ਚਾਹੁੰਦੇ, ਕਿੰਨੇ ਕੁ ਟਾਈਮ ਤੋਂ ਮੁਸ਼ਕਲ ਆ ਰਹੀ ਆ? ਇਹ ਤਾਂ ਹੋ ਗਿਆ ਜੀ 10-12 ਸਾਲ ਜੀ, ਇਹ ਤਾਂ ਮੁਸ਼ਕਲ ਦੂਰੇ ਨਹੀਂ ਹੋਈ। EO ਵੀ ਦੇਖ ਗਿਆ ਇੱਥੇ, ਪ੍ਰਧਾਨ ਵੀ ਦੇਖ ਗਿਆ, ਸਾਰਾ ਕਿਸੇ ਕੋਈ ਸੁਣਾਈ ਨਹੀਂ ਹੈ, ਕਿਸੇ ਦੀ ਕੋਈ ਸੁਣਵਾਈ ਨਹੀਂ ਹੈਗੀ। ਗਏ ਵੀ ਇਹਨਾਂ ਕੋਲ, ਗਏ ਜਾ ਕੇ ਕੋਈ ਗੱਲਬਾਤ ਵੀ ਕਰੀ, ਕੋਈ ਨਹੀਂ, ਕੋਈ ਪਾਣੀ ਦਾ ਨਿਕਾਸ ਨਹੀਂ। ਰੈਸਟ ਹਾਊਸ ਵੀ ਸਰਕਾਰ ਦਾ ਰੈਸਟ ਹਾਊਸ ਡੁੱਬ ਚੁੱਕਿਆ, ਪਰ ਲੋਕਾਂ ਦਾ ਕਹਿਣਾ ਵੀ ਸਰਕਾਰ ਆਪਦੇ ਕੰਮਾਂ ਵੱਲ ਨਹੀਂ ਧਿਆਨ ਦੇ ਰਹੀ, ਸਾਡੇ ਵੱਲ ਕੀ ਧਿਆਨ? ਸਾਡੇ ਵੱਲ ਕੀ ਧਿਆਨ ਦੇਵੇ? ਹਾਂ ਬਿਲਕੁਲ, ਜਦ ਰੈਸਟ ਹਾਊਸ ਦੀ ਕੰਧ ਟੁੱਟੀ ਆ, ਸਾਰਾ ਪਾਣੀ ਅੰਦਰ ਹੋ ਗਿਆ, ਸਾਰਾ ਅੰਦਰ ਹੋ ਕੇ ਪਾਣੀ ਨੇ ਸਾਰਾ ਇਹ ਦੱਬ ਲਏ,
ਇਹ ਆ ਕੇ ਹਮਾਰੇ ਮਕਾਨ 'ਚ ਰਹੇ ਨੇ। ਅੱਜ ਵੀ ਹੁਣ ਵੀ ਹਮਾਰੇ ਮਕਾਨ 'ਚ ਨੇ, ਜਦੋਂ ਫਿਰ ਦੁਬਾਰੇ ਦੱਬਲੇ। ਕੋਈ ਸਰਕਾਰ ਨੇ ਇਸ ਦੀ ਗੌਰ ਨਹੀਂ ਕਰੀ, ਨਾ ਕੋਈ ਨੀਤੀ ਹੈ ਸਰਕਾਰ ਦੀ, ਨਾ ਸੁਣਾਈ ਹੈ। ਸਰਕਾਰਾਂ ਦੀ ਨੀਤੀ ਵੀ ਕੋਈ ਨਹੀਂ ਲੋਕਾਂ ਦੇ ਕੰਮਾਂ ਦੇ ਵੱਲ। ਅਸੀਂ ਇੱਕ ਨੌਜਵਾਨ ਨਾਲ ਵੀ ਗੱਲਬਾਤ ਕਰਾਂਗੇ, ਇਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ। ਕੀ ਕਹਿਣਾ ਚਾਹੁੰਦੇ ਹੋ ਤੁਸੀਂ ਰੈਸਟ ਹਾਊਸ ਦੇ ਵਿੱਚ? ਕਿੰਨੇ ਟਾਈਮ ਤੋਂ ਰਹਿ ਰਹੇ ਹੋ? ਸਾਨੂੰ ਹੋ ਗਈ ਕਾਫੀ, ਮਤਲਬ ਜਦੋਂ ਮੈਂ ਮੇਰੀ ਉਮਰ 20 ਸਾਲ ਹੈ ਉਦੋਂ ਹੀ ਰਹਿ ਰਹੇ ਹਾਂ ਉਰੇ, ਉਸ ਤੋਂ ਪਹਿਲਾਂ ਦੀ ਰਹਿ ਰਹੇ ਨੇ ਡੈਡੀ 6-7 ਸਾਲ, ਮਤਲਬ 26-27 ਸਾਲ ਹੋ ਗਏ ਡੈਡੀ ਨੂੰ। ਅੱਜ ਕਿੰਨਾ ਕੁ ਨੁਕਸਾਨ ਹੋਇਆ ਮੁੜ? ਮੁੜ ਉਹੀ ਨੁਕਸਾਨ ਹੋ ਗਿਆ, ਸਾਰਾ ਜਿਹੜਾ ਬੈੱਡ ਬੁੱਡ ਜਿਹੜਾ ਨਵਾਂ ਲਿਆਏ ਸੀਗੇ ਉਸ ਦੁਬਾਰ ਤੋਂ ਸਾਰਾ ਖਰਾਬ ਹੋ ਗਿਆ। ਜਿਹੜੇ ਕੱਪੜੇ ਕੁੱਪੜੇ ਧਵਾਏ ਸੀ ਉਹ ਵੀ ਸਾਰੇ ਦੁਬਾਰ ਤੋਂ ਖਰਾਬ ਹੋ ਗਏ। ਕੀ ਮੰਗ ਕਰਦੇ ਹੁਣ? ਮੰਗ ਉਹੀ ਹੈ ਕਿ ਸਾਡੀ ਪਿਛਲੀ ਪਹਿਲਾਂ ਮੋੜ ਵਾਲਾ ਨਹੀਂ ਮੁਆਵਜ਼ਾ ਦਿੱਤਾ ਜੀ, ਜਿਹੜਾ ਪਿਛਲਾ ਖਰਾਬ ਹੋਇਆ ਸੀ ਸਾਡਾ ਜੀ, ਹੁਣ ਦੁਬਾਰ ਤੋਂ ਫਿਰ ਸਾਰਾ ਖਰਾਬ ਹੋ ਗਿਆ ਜੀ। ਕੀ ਪ੍ਰਸ਼ਾਸਨ ਇੱਥੇ ਆਇਆ ਮੌਕੇ 'ਤੇ ਇਸ ਰੈਸਟ ਹਾਊਸ ਨੂੰ ਦੇਖਣ? ਵੀ ਕਾਫੀ ਇਹਦਾ ਨੁਕਸਾਨ ਆ ਜਿਹੜਾ ਹੋ ਚੁੱਕਿਆ। ਹਜੇ ਤੱਕ ਤਾਂ ਨਹੀਂ ਆਇਆ ਜੀ, ਪਹਿਲਾਂ ਪਿਛਲੀ ਵਾਰ ਹੋਇਆ ਸੀ ਨੁਕਸਾਨ? ਪਹਿਲੀ ਵਾਰ ਆਉਂਦੇ ਰਹੇ ਨਹੀਂ, ਪਰ ਉਹਨਾਂ ਨੇ ਕੰਧ ਤਾਂ ਫਿਰ ਨਹੀਂ ਬਣਾਈ, ਸਾਫ਼ ਸਫਾਈ ਵੀ ਉਹਨਾਂ ਨੇ ਲਵਾਏ ਸੀਗੇ ਬੰਦੇ, ਉਹਨਾਂ ਨੇ ਸਫਾਈ ਕੀਤੀ ਹੈ, ਪਰ ਹੁਣ ਤੱਕ ਹੁਣ ਨਹੀਂ ਫਿਲਹਾਲ ਕੁਛ ਕੀਤਾ ਹੀ। ਅਸੀਂ ਤੁਹਾਨੂੰ ਉਹ ਕੰਧ ਵੀ ਦਿਖਾ ਦਿੰਦੇ ਹਾਂ ਜਿਹੜੀ ਪ੍ਰਸ਼ਾਸਨ ਵੱਲੋਂ ਬਣਾਈ ਨਹੀਂ ਗਈ, ਜਿਹੜੀ ਪਹਿਲਾਂ ਟੁੱਟ ਚੁੱਕੀ ਸੀ ਕੰਧ। ਆ ਤਾਰ ਆ ਜਿਹੜੀ ਦਿਖ ਰਹੀ ਆ, ਲੱਗੀ ਹੋਈ ਤਾਰ ਆ, ਇਹ 20-30 ਫੁੱਟ ਦੀ ਕੰਧ ਆ ਜਿਹੜੀ ਪ੍ਰਸ਼ਾਸਨ ਵੱਲੋਂ ਨਹੀਂ ਬਣਾਈ ਗਈ, ਜਿੱਥੋਂ ਕਿ ਇੱਕ ਸਰਕਾਰੀ ਮੁਲਾਜ਼ਮ ਦਾ ਪਹਿਲਾਂ ਵੀ ਫਰਨੀਚਰ ਸਾਰਾ ਖਰਾਬ ਹੋ ਚੁੱਕਿਆ ਸੀ, ਪਹਿਲਾਂ 20 ਦਿਨ ਬਾਰਿਸ਼ ਦੇ ਨਾਲ ਜਿਹੜੀ ਹੋਈ ਸੀ, ਅਤੇ ਹੁਣ ਦੁਬਾਰਾ ਮੁੜ ਫਰਨੀਚਰ ਅਤੇ ਹੋਰ ਕਾਫੀ ਕੀਮਤੀ ਸਮਾਨ ਲਿਆਂਦਾ ਸੀ, ਉਹ ਮੁੜ ਇਸ ਬਾਰਿਸ਼ ਦੇ ਨਾਲ ਫਿਰ ਖਰਾਬ ਹੋ ਚੁੱਕਿਆ, ਜਿਸ ਨੂੰ ਟੈਂਸ਼ਨ ਕਾਰਨ ਸਰਕਾਰੀ ਹਸਪਤਾਲ ਨਾਭਾ ਦੇ ਵਿੱਚ ਲਿਜਾਇਆ ਗਿਆ। ਲੋਕਾਂ ਦੀਆਂ ਮੰਗਾਂ ਨੇ ਸਰਕਾਰ ਤੋਂ ਕਿ ਜਲਦੀ ਇਸ ਰੈਸਟ ਹਾਊਸ ਦਾ ਹੱਲ ਕੀਤਾ ਜਾਵੇ, ਜਿੱਥੋਂ ਕਿ ਇੱਕ ਗਰੀਬ ਪਰਿਵਾਰ ਹੈ ਜਿਹੜਾ 20-25 ਸਾਲਾਂ ਤੋਂ ਇਸ ਰੈਸਟ ਹਾਊਸ ਦੇ ਵਿੱਚ ਰਹਿ ਰਿਹਾ। ਪਰ ਜੇ ਸਰਕਾਰਾਂ ਇਹਨਾਂ ਆਪਣੇ ਸਰਕਾਰੀ ਕੰਮਾਂ ਵੱਲ ਧਿਆਨ ਨਹੀਂ ਦੇਣਗੀਆਂ ਤਾਂ ਆਮ ਲੋਕਾਂ ਦਾ ਕੀ ਬਣ ਸਕਦਾ? ਡੇਲੀ ਪੋਸਟ ਪੰਜਾਬੀ ਲਈ ਨਾਭਾ ਤੋਂ ਹਰਮੀਤ ਸਿੰਘ ਮਾਨ।